ਚੋਰਾਂ ਨੇ ਹੁਸ਼ਿਆਰਪੁਰ ਦੇ ਪ੍ਰਤਾਪ ਬਾਜ਼ਾਰ ਸਥਿਤ ਹਨੂੰਮਾਨ ਜੀ ਦੇ ਮੰਦਿਰ ਨੂੰ ਨਿਸ਼ਾਨਾ ਬਣਾਇਆ ਅਤੇ ਸ਼ਿਵ ਮੰਦਿਰ ਵਿੱਚੋਂ ਚਾਂਦੀ ਦਾ ਨਾਗ, ਹਨੂੰਮਾਨ ਜੀ ਦਾ ਮੁਕਟ ਅਤੇ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਿਵਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਵਾਲੀਆ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਮੰਦਿਰ ਦੇ ਪੁਜਾਰੀ ਨੇ ਰਾਤ ਨੂੰ ਮੰਦਿਰ ਨੂੰ ਬੰਦ ਕਰ ਦਿੱਤਾ ਅਤੇ ਜਦੋਂ ਸਵੇਰੇ ਮੰਦਿਰ ਖੋਲ੍ਹਿਆ ਤਾਂ ਦੇਖਿਆ ਕਿ ਮੁੱਖ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਚੋਰ ਮੰਦਿਰ ਦੇ ਅੰਦਰ ਤੋਂ ਮਹਾਦੇਵ ਜੀ ਦਾ, ਚਾਂਦੀ ਦਾ ਨਾਗ, ਹਨੂੰਮਾਨ ਜੀ ਦਾ ਮੁਕਟ ਅਤੇ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਸਨ। ਉਹਨਾਂ ਇਸ ਸੰਬੰਧੀ ਥਾਣਾ ਸਿਟੀ ਦੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਚੋਰਾਂ ਦਾ ਪਤਾ ਲਗਾਇਆ ਜਾਵੇ ਅਤੇ ਮੰਦਿਰ ਵਿੱਚੋਂ ਚੋਰੀ ਹੋਇਆ ਸਮਾਨ ਵਾਪਸ ਕਰਵਾਇਆ ਜਾਵੇ। ਗੁਰਜੀਤ ਸੋਨੂੰ ਦੇ ਨਾਲ ਕੈਮਰਾਮੈਨ ਗੁਰਪ੍ਰੀਤ ਗੋਪੀ ਦੀ ਰਿਪੋਰਟ। ਮੇਰਾ ਨਾਮ ਸੰਜੀਵ ਕੁਮਾਰ ਵਾਲੀਆ, ਪ੍ਰਧਾਨ ਸ਼ਿਵਾਲਾ ਪ੍ਰਬੰਧਕ ਕਮੇਟੀ ਹੁਸ਼ਿਆਰਪੁਰ। ਕੀ ਘਟਨਾ ਹੋਈ ਹੈ? ਇੱਥੇ ਚੋਰੀ ਹੋ ਗਈ ਸਵੇਰੇ ਆਪਣੇ, ਰਾਤ ਨੂੰ 1:45 'ਤੇ ਕੈਮਰੇ 'ਚ ਕੈਪਚਰਡ ਹੋਈ ਹੈ। ਇਹ ਹਨੂੰਮਾਨ ਜੀ ਦਾ ਮੰਦਿਰ ਹੈ, ਸ਼ਿਵਾਂ ਦਾ ਮੰਦਿਰ ਹੈ। ਹਨੂੰਮਾਨ ਜੀ ਦੇ ਨਾਂ 'ਤੇ ਹੁਸ਼ਿਆਰਪੁਰ 'ਚ ਸਭ ਤੋਂ ਪ੍ਰਾਚੀਨ ਮੰਦਿਰ ਹੈ। ਤਕਰੀਬਨ ਇਹਦਾ ਇਤਿਹਾਸ ਸਾਨੂੰ ਵੀ ਜਿਹੜਾ ਪਤਾ ਹੈ ਉਹ 400 ਸਾਲ ਤੋਂ ਪਤਾ ਹੈ। 400 ਸਾਲ ਤੋਂ ਅਸੀਂ ਦੱਸ ਸਕਦੇ ਹਾਂ, 400 ਸਾਲ ਤੋਂ ਪਹਿਲਾਂ ਇਹ ਕਦੋਂ ਸਥਾਪਿਤ ਹੋਇਆ ਸਾਨੂੰ ਨਹੀਂ ਪਤਾ। ਦੰਤ ਕਥਾ ਆ ਵੀ ਇਹ ਜਿਹੜੀ ਹਨੂੰਮਾਨ ਜੀ ਦਾ ਸਰੂਪ ਹੈ ਪਿੱਛੇ, ਇਹ ਜਿਹੜਾ ਹੈ ਆਪ ਹੀ ਇਹ ਪ੍ਰਗਟ ਹੋਏ ਸੀ। ਇੱਥੇ ਬੋਰਡ ਹੁੰਦਾ ਸੀ, ਛੱਪੜ ਹੁੰਦਾ ਸੀ, ਛੋਟਾ ਜਿਹਾ ਹੁੰਦਾ ਸੀ। ਉਹ ਤੋਂ ਬਾਅਦ ਸਾਡੇ ਕੋਲ ਆਇਆ, ਇਹਦੀ ਨਵ ਨਿਰਵਾਣ ਹੋਇਆ। ਹੁਣ ਵੀ ਇਹ ਸਾਰਾ ਨਵ ਨਿਰਵਾਣ ਕਰਾਇਆ ਸੀ ਅਤੇ ਇਹਦੇ ਵਿੱਚ ਜਿਹੜਾ ਹੈਗਾ ਆ 9 ਵਜੇ ਰਾਤ ਨੂੰ ਮੰਦਿਰ ਬੰਦ ਹੋ ਜਾਂਦਾ, ਸਵੇਰੇ 6 ਵਜੇ ਖੁੱਲ੍ਹਦਾ। ਤਾਂ 9 ਵਜੇ ਪੁਜਾਰੀ ਜਿਹੜਾ ਮੰਦਿਰ ਨੂੰ ਤਾਲਾ ਲਾ ਕੇ ਬਾਹਰੋਂ ਚਲਾ ਗਿਆ, ਤਾਂ ਉਹਦੇ ਕੋਲ ਆਹ ਜਿਹੜਾ ਸ਼ਵਾਂ ਦੇ ਗੇਟ ਦਾ ਦਰਵਾਜ਼ਾ ਸੀ ਇਹ ਉਹਦੇ ਕੋਲ ਭੁੱਲ ਗਿਆ ਜਾਂ ਨਹੀਂ ਲਾਇਆ ਗਿਆ। ਉਹਨਾਂ ਨੇ ਚੋਰ 1:45 'ਤੇ ਕੈਮਰੇ ਦੇ ਅਨੁਸਾਰ ਆਏ, ਉਹਨਾਂ ਨੇ ਬਾਹਰੋਂ ਤਾਲਾ ਤੋੜਿਆ, ਉਹ ਵੀ ਕੈਮਰੇ ਵਿੱਚ ਕੈਦ ਹੈ, ਅਤੇ ਤਾਲਾ ਤੋੜ ਕੇ ਉਹ ਅੰਦਰ ਐਂਟਰ ਕੀਤੇ। ਮਿੰਟ ਉਹਨਾਂ ਨੇ ਸਾਰੇ 2-3-5 ਮਿੰਟ ਜ਼ਿਆਦਾ ਹਾਰਡਲੀ ਲਾਏ ਹੋਣਗੇ ਸਾਰੇ ਕੰਮ। ਸਿੱਧੇ ਆ ਕੇ ਸ਼ਿਵਾਂ ਦੇ ਮੰਦਿਰ 'ਚ ਵੜੇ ਆ। ਸ਼ਿਵਾਂ ਦੇ ਮੰਦਿਰ 'ਚੋਂ ਉਹਨਾਂ ਨੇ ਨਾਗਦੇਵ ਚੱਕੇ ਆ, ਜਿਹੜੇ ਆਪਣੇ ਭੋਲੇਨਾਥ ਦਾ ਸ਼ਿੰਗਾਰ ਸੀ। ਤਕਰੀਬਨ ਉਹਨਾਂ ਦਾ ਵੇਟ 2 ਕਿਲੋ ਦੇ ਕਰੀਬ ਹੋਏਗਾ ਮੈਂ ਰੱਖਿਆ ਅਪਰੋਕਸੀਮੇਟਲੀ, ਅਤੇ ਚਾਂਦੀ ਦੇ ਸੀ ਪਿਓਰ, ਅਤੇ ਉਹ ਚੱਕੇ ਆ। ਉਹ ਤੋਂ ਬਾਅਦ ਚੱਕਣ ਤੋਂ ਬਾਅਦ ਉਹ ਇਹ ਜਿਹੜੇ ਹਨੂੰਮਾਨ ਜੀ ਆਪਣੇ ਹੈਗੇ ਆ ਪ੍ਰਾਚੀਨ ਜਿਹੜਾ ਇੱਥੋਂ ਚੱਲਿਆ ਆ ਰਿਹਾ, ਇਹਨਾਂ ਦੇ ਮੁਕਟ ਹੁੰਦਾ ਸੀ ਔਰ ਇਹਨਾਂ ਦੇ ਲੋਕਟ ਹਾਰ ਹੁੰਦਾ ਸੀ ਚਾਂਦੀ ਦਾ, ਉਹ ਉਹਨਾਂ ਨੇ ਲਾ ਲਿਆ ਤੋੜ ਲਿਆ। ਔਰ ਤੁਸੀਂ ਇਹ ਸਰੂਪ ਨੂੰ ਦੇਖੋ ਅਤੇ ਇਹਦੇ ਵਿੱਚ ਚੈਨਾ ਲੋਕਟ ਹੇਠੋਂ ਲਾ ਲਿਆ, ਚੈਨਾ ਹਜੇ ਵੀ ਲੱਗੀਆਂ ਜੀ ਚਾਂਦੀ ਦੀਆਂ। ਅਤੇ ਤਕਰੀਬਨ ਮੰਦਿਰ ਦਾ ਨੁਕਸਾਨ ਜਿਹੜਾ ਚੋਰੀ ਚੇਸ 'ਚ ਤਕਰੀਬਨ ਮਬਲਿਕ ਅਨੁਮਾਨਿਤ 3 ਲੱਖ ਰੁਪਏ ਦੇ ਕਰੀਬ ਹੋਇਆ ਚੋਰੀ 'ਚ। ਤਾਰਾ ਕੋਈ ਉਹਨਾਂ ਕੋਲ ਸੱਬਲ ਸੀ, ਕੈਮਰੇ 'ਚ ਦਿਖੀ ਹੈ ਕਲਿੱਪ, ਤੁਹਾਨੂੰ ਵੀ ਸਾਰਿਆਂ ਨੂੰ ਅਸੀਂ ਪ੍ਰੈਸ ਨੂੰ ਭੇਜੇ ਹੈ ਜਿਹੜੇ, ਉਹਦੇ 'ਚ ਇੱਕ ਚੋਰ ਦਾ ਚਿਹਰਾ ਵੀ ਆਇਆ। ਜਦੋਂ ਹਨੂੰਮਾਨ ਜੀ ਨੂੰ ਉਹਨੇ ਹੱਥ ਪਾਇਆ, ਹੋਰ ਜਗ੍ਹਾ ਉਹਦਾ ਚਿਹਰਾ ਨਹੀਂ ਆਇਆ, ਜਦੋਂ ਹਨੂੰਮਾਨ ਜੀ ਨੂੰ ਹੱਥ ਪਾਇਆ, ਅਸੀਂ ਇਹ ਮੰਨਦੇ ਹਾਂ ਹਨੂੰਮਾਨ ਜੀ ਸਿੱਧ ਹੈ, ਉਹਨਾਂ ਨੇ ਉਹਦਾ ਚਿਹਰਾ ਜਿਹੜਾ ਆ ਉਹ ਚਿਹਰਾ ਆ ਗਿਆ। ਹਾਂਜੀ, ਨਹੀਂ ਇੱਕ ਦਾ ਕਵਰ ਸੀ, ਇੱਕ ਦਾ ਖੁੱਲ੍ਹਾ ਸੀ ਜੀ। ਇੱਕ ਦਾ ਚਿਹਰਾ ਕਵਰ ਸੀ ਅਤੇ ਇੱਕ ਦਾ ਖੁੱਲ੍ਹਾ ਸੀ। ਮੈਨੂੰ ਤਕਰੀਬਨ 6 ਵਜੇ ਫੋਨ ਆਇਆ ਵੀ ਮੰਦਿਰ ਦਾ ਦਰਵਾਜ਼ਾ ਖੁੱਲ੍ਹਾ, ਤਾਂ ਅਸੀਂ ਪੁਜਾਰੀ ਨੂੰ ਫੋਨ ਮਾਰਿਆ, ਦਰਵਾਜ਼ਾ ਆ ਕੇ ਇੱਥੋਂ ਖੋਲ੍ਹਿਆ, ਮੇਰਾ ਘਰ ਨੇੜੇ ਆ, ਖੋਲ੍ਹਿਆ ਤਾਂ ਦੇਖਿਆ, ਸਾਨੂੰ ਸਮਝ ਨਾ ਆਇਆ, ਅਸੀਂ ਕਿਹਾ ਵੀ ਪਤਾ ਨਹੀਂ ਨਾ ਗਏ ਪੁਜਾਰੀ ਅੰਦਰ ਨਾ ਰੱਖ ਗਿਆ ਹੋਵੇ ਕਿਤੇ। ਤਾਂ ਜਦੋਂ ਪੁਜਾਰੀ ਜੀ ਆਏ ਉਹ ਕਹਿੰਦੇ ਇੱਥੇ ਹੀ ਸੀ ਜੀ। ਉਹ ਤੋਂ ਬਾਅਦ ਇਹ ਨਾਗ ਦੇਖਿਆ, ਫਿਰ ਇੱਧਰ ਹਨੂੰਮਾਨ ਜੀ ਦੇ ਦੇਖਿਆ ਅਤੇ ਇਹ ਸਮਾਨ ਜਿਹੜਾ ਸਾਰਾ ਚੋਰੀ ਹੋ। ਉਹ ਅਸਲ 'ਚ ਪ੍ਰਸਿੱਧ ਮੰਦਿਰ ਸਾਰਾ ਸ਼ਹਿਰ ਤਕਰੀਬਨ ਇੱਥੇ ਆਉਂਦਾ, ਮੈਂ ਇਹ ਸਮਝਦਾ ਉਹ ਨੀਅਰ ਡੀਅਰ ਜਿਹੜੇ ਆ ਹੁਸ਼ਿਆਰਪੁਰ ਦੇ ਹੀ ਬੰਦੇ ਹੋਣਗੇ ਔਰ ਉਹਨਾਂ ਨੇ ਰੈਕੀ ਕੀਤੀ, ਬਕਾਇਦਾ ਰੈਕੀ ਕੀਤੀ ਹੋਊਗੀ, ਕਿੰਨੇ ਦਿਨ ਪਹਿਲਾਂ ਇੱਥੇ ਕਿਹੜੀ ਕਿਹੜੀ ਚੀਜ਼ ਕਿੱਥੇ ਕਿੱਥੇ ਪਈ ਹੈ, ਤਾਂ ਉਹਦੇ ਹਿਸਾਬ ਨਾਲ ਉਹਨਾਂ ਨੇ
ਮਿੰਟ ਪੰਜ ਲਾਏ, ਜਿਹੜਾ ਅਣਜਾਣ ਬੰਦਾ ਉਹ ਇੰਨਾ ਨਹੀਂ, ਉਹਦਾ ਟਾਈਮ ਲੱਗਦਾ। ਗੋਲਕ ਵਗੈਰਾ ਵੀ ਤੋੜੀ ਆ? ਨਹੀਂ, ਗੋਲਕ ਨਹੀਂ ਤੋੜੀ ਜੀ। ਕਾਹਲੀ ਕਾਹਲੀ ਦੇ ਵਿੱਚ ਜਿੱਦਾਂ ਮਤਲਬ ਪੁਲਿਸ ਦਾ ਕਹਿਣਾ ਇਹ ਹੈ ਵੀ ਸਾਡੀ ਉੱਧਰੋਂ ਗੱਡੀ ਆਈ ਇਸ ਕੁ ਵੇਲੇ 1:30 ਵਜੇ, ਅਸੀਂ ਹੂਟਰ ਮਾਰਿਆ, ਹੋ ਸਕਦਾ ਉਹਨਾਂ ਦਾ ਹੂਟਰ ਸੁਣ ਕੇ ਦੌੜ ਗਏ, ਜਾਂ ਕੋਈ ਬੰਦਾ ਇੱਧਰੋਂ ਆਉਂਦਾ ਹੁੰਦਾ ਦੇਖ ਕੇ, ਚੌਕੀਦਾਰ ਆ, ਇੱਧਰ ਵੀ ਪੈਂਦਾ ਉੱਧਰ ਵੀ ਪੈਂਦਾ, ਉਹ ਉਹਨਾਂ ਨੇ ਮਤਲਬ 2-3 ਮਿੰਟ ਲਾਏ ਤਾਂ ਆਪਣੇ ਕਰਕੇ। ਤਾਂ ਉਹ ਹੋ ਸਕਦਾ ਇਹਨਾਂ ਦੇ ਪਿੱਛੇ ਵੀ ਕੋਈ ਹੋਵੇ ਜੀ, ਕੋਈ ਨਾ ਕੋਈ ਜਿਹੜਾ ਹੈਗਾ ਜਿਹੜਾ ਦੱਸਦਾ, ਜਿੱਦਾਂ ਚੋਰ ਚੋਰੀ ਕਰਦਾ, ਇੱਥੇ ਚੋਰੀ ਕਰਦਾ, ਉੱਥੋਂ ਤੋਂ ਬੰਦਾ ਖੜ੍ਹਾ ਕਰ ਦਿੰਦੇ ਕਈ ਵਾਰੀ, ਹੈਂ ਵੀ ਤੈਨੂੰ ਅਸੀਂ ਸਿਗਨਲ ਦੇਈ ਜਾਂਦੇ ਹਾਂ। ਇਹ ਹੁਣ ਕਿਹਾ ਨਹੀਂ ਜਾ ਸਕਦਾ। ਦੋ ਤਾਂ ਜਿਹੜੇ ਕਨਫਰਮ ਹੋ ਗਏ ਨਾ ਇੱਥੇ ਗੇਟ 'ਤੇ ਆ, ਤਕਰੀਬਨ 3 ਲੱਖ ਰੁਪਏ ਦਾ ਨੁਕਸਾਨ ਹੈ। ਸਵਾਲ ਇਸ ਚੀਜ਼ ਦਾ ਨਹੀਂ ਹੈ, ਇੱਥੋਂ ਥਾਣਾ ਪੁਲਿਸ ਜਿਹੜਾ ਹੈ ਉਹ ਤਕਰੀਬਨ 500 ਗਜ਼ 'ਤੇ ਲਾ ਲਓ, 500-700 ਗਜ਼ 'ਤੇ ਹੈ। ਜੇ ਇੱਥੇ ਹੀ ਇਹ ਹਾਲ ਹੈ ਤਾਂ ਕਿਆ ਹਾਲ ਹੋਏਗਾ। ਹੈਂ, ਹਾਂ ਜੀ, ਜੋ ਰਿਪੋਰਟ ਦਾ ਨੰਬਰ 227 ਹੈ, 227 ਡੈਰੀ ਕਰਾਈ ਹੈ, 227 ਨੰਬਰ ਆ। ਔਰ ਅਸੀਂ ਇਹ ਕਹਿੰਦੇ ਹਾਂ ਵੀ ਪੁਲਿਸ ਨੂੰ ਵੀ ਜਿਹੜਾ ਹੈ ਇਹ ਤੁਰੰਤ ਸਾਨੂੰ ਫੜ ਕੇ ਦਿਓ, ਚੋਰ ਕਿਹੜਾ ਹੈ ਪਤਾ ਲੱਗੇ ਸਾਨੂੰ। ਅੱਗੇ ਵੀ 2 ਵਾਰ ਚੋਰੀ ਹੋਈ ਹੈ ਤਾਂ ਮੰਦਿਰ ਕਮੇਟੀ ਨੇ ਫੜਿਆ ਉਹ ਬੰਦੇ, 2 ਵਾਰੀ ਫੜੇ ਗਏ ਇੱਥੇ ਬੰਦੇ। ਇੱਕ ਦੇ ਮੈਨੂੰ ਕਿਹਾ, ਜਦੋਂ ਮੈਨੂੰ ਕਹਿੰਦਾ ਮੈਂ ਇਹੋ ਜਿਹੇ ਬੰਦੇ ਨੂੰ ਛੱਡਣ 'ਚ ਤਿਆਰ ਨਹੀਂ ਹੁੰਦਾ ਕਦੀ। ਜਦੋਂ ਚੋਰੀ ਹੋਈ ਸੀ ਕੁਛ ਬੰਦੇ ਛੱਡੋ, ਪੈਸੇ ਮਿਲ ਗਏ ਜਾਂ ਹੁਣ ਕੀ ਆ, ਥੋੜ੍ਹੇ ਆ ਜਾਂ ਬਹੁਤੇ, ਉਦੋਂ ਥੋੜ੍ਹੇ ਸੀ, ਇੱਥੋਂ ਹੀ ਪੈਸੇ ਚੱਕੇ ਸੀ ਬਾਹਰੋਂ ਉਹਨੇ, ਮੈਂ ਕਿਹਾ ਮੈਂ ਛੱਡੂਗਾ। ਇਸੇ ਕਾਰਨ ਚੋਰ ਪੈਦਾ ਹੁੰਦੇ ਆ, ਜਦੋਂ ਅਸੀਂ ਛੱਡ ਦਿੰਦੇ ਹਾਂ ਇਹ ਕਾਰਨ ਬਣਦਾ ਪਏ, ਉਹ ਚੋਰ ਪੈਦਾ ਹੁੰਦੇ ਆ। ਅਤੇ ਉਹਦੇ ਖਿਲਾਫ਼ ਜਾ ਕੇ ਮੈਨੂੰ ਕੋਰਟ 'ਚ ਕੋਰਟ ਤੱਕ ਗਵਾਹੀ ਦੇਣੀ ਪਈ ਸੀ, ਤਾਂ ਮੈਂ ਉੱਥੇ ਦੇ ਕੇ ਆਇਆ ਸੀ। ਆਈ ਐਮ ਨੋ ਸਟੈਂਡ ਵੀ ਬੰਦੇ ਫੜੇ ਹੋਣ, ਫੜੇ ਜਾਣੇ ਚਾਹੀਦੇ ਆ, ਨਹੀਂ ਤਾਂ ਜਿਹੜਾ ਹੈ ਵੀ ਅਸੀਂ ਅੱਗੇ ਸਟੈਪ ਚੱਕਾਂਗੇ, ਫਿਰ ਦੇਖਾਂਗੇ ਜੋ ਵੀ ਹੋਏਗਾ, ਜੋ ਅਨੁਕੂਲ ਮੈਨੂੰ ਲੱਗੇਗਾ। ਵੀ ਪ੍ਰਸ਼ਾਸਨ ਨੇ ਜੇ ਇਸ ਕੰਮ 'ਚ ਢਿੱਲ ਵਰਤੀ ਤੋ ਸੰਜੀਵ ਕੁਮਾਰ ਬਚਨਬੱਧ ਹੈ, ਇਸ ਨੂੰ ਢਿੱਲ 'ਚ ਨਹੀਂ ਲਿਜਾਣ ਦੇਗਾ, ਪ੍ਰਸ਼ਾਸਨ ਨੂੰ ਇਹ ਚੋਰੀ ਫੜਨੀ ਪਏਗੀ।